सस्पेंड करो मुख्यमंत्री अप्रूवल दे आ फैसला फाइन थोड़े को सारा देख ली मुख्यमंत्री ने आप मंजूरी दी है असली दोषी तो मुख्यमंत्री ते मंत्री है सब तो ज्यादा करप्शन तो पंजाब दे इन्हां दे एमएलए करी जांदे है पंजाब दी मान सरकार वालों समय तो पहला पंचायतां भंग करन दे मामले दे विच हाई कोर्ट ने झाट पाई है जिस तो बाद मान सरकार ने अपना ए फैसला वापस ले लिया उथे इस मामले ते हुण विरोधियों ने मान सरकार ते निशाने साधने शुरू कर दिते ने श्रोमणी अकाली दल प्रधान सुखबीर सिंह बादल दा कहना है कि हाई कोर्ट ने भगवंत मान सरकार दे मुंह ते चपेड़ मारी है कि हाई कोर्ट ने भगवंत मान दी सरकार दे मुंह ते चपेड़ मारी है जिहड़ी आ सरकार है कानून दीआं धज्जियां उड़ाउण ते लगी है अप्रवाही नहीं करदी कि कॉन्स्टिट्यूशन की है की कर सकते हैं की नहीं कर सकते जिहड़े काम करन वाले है वह तो करते नहीं हुण जोर नाल रोब नाल धक्के नाल फैसले करवाना चाहते हैं फैसला इन्होंने आप किया कि असीं पंचायतां रद्द करनी है क्यों की कहिंदे कि 13,000 जिहड़े पंचायतां है वो करप्ट बहुत है कि साडे कोल 1,000 करोड़ रुपया है वह गलत खर्चनी है ਤੁਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਸਰਪੰਚਾਂ ਨੂੰ ਕਰਪਟ ਕਹਿ ਰਹੇ ਹੋ ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਤੇ ਤੁਸੀਂ ਨਹੀਂ ਇਲੈਕਸ਼ਨ ਚੁਣੇ ਹੋਏ ਨੁਮਾਇੰਦੇ ਸਭ ਤੋਂ ਜ਼ਿਆਦਾ ਕਰਪਸ਼ਨ ਤਾਂ ਪੰਜਾਬ ਦੇ ਇਹਨਾਂ ਦੇ ਐਮਐਲਏ ਕਰੀ ਜਾਂਦੇ ਆ ਕਟਾਰੂ ਚੱਕ ਵਰਗੇ ਜਿਹੜੇ ਅਜਿਹੀਆਂ ਹਰਕਤਾਂ ਕਰਦੇ ਆ ਉਹਨਾਂ ਨੂੰ ਤਾਂ ਕੋਈ ਭੰਗ ਨਹੀਂ ਕੀਤਾ ਉਹਨਾਂ ਨੂੰ ਤਾਂ ਕੱਢਿਆ ਨਹੀਂ ਉਹਨਾਂ ਦੀ ਤਾਂ ਮਿਨਿਸਟਰੀ ਨਹੀਂ ਲਈ ਜਿਹੜੇ ਗਰੀਬ ਸਰਪੰਚ ਹੈ ਜਾਂ ਜਿਹੜੇ ਇੰਨੇ 5 ਸਾਲ ਕੀਤੇ ਹੈ ਉਹਨਾਂ ਮਗਰ ਪਏ ਹੋ ਇਸ ਕਰਕੇ ਬਿਲਕੁਲ ਕੰਸਟੀਟਿਊਸ਼ਨ ਦੀ ਧੱਜੀਆਂ ਲਾਉਂਦੇ ਰਹਿੰਦੇ ਦੋ ਅਫਸਰ ਸਸਪੈਂਡ ਕਰ ਦਿੱਤੇ ਨੇ ਸਰ ਤੇ ਕੀ ਗੱਲ ਇਹ ਮੰਤਰੀ ਤੇ ਕਾਰਵਾਈ ਜਾਂ ਅਸਲੀ ਗੱਲ ਤਾਂ ਅਫਸਰਾਂ ਫੈਸਲਾ ਹੁੰਦਾ ਮੰਤਰੀ ਦਾ ਤੇ ਮੁੱਖ ਮੰਤਰੀ ਦਾ ਅਫਸਰਾਂ ਦਾ ਨਹੀਂ ਹੁੰਦਾ ਜੇ ਅਫਸਰ ਨੇ ਹੀ ਫੈਸਲਾ ਕਰਦੇ ਹੁੰਦੇ ਤੇ ਫਿਰ ਅਫਸਰ ਮਿਨਿਸਟਰ ਬਣਦੇ ਫੈਸਲਾ ਮਿਨਿਸਟਰ ਦਾ ਸਸਪੈਂਡ ਕਰੋ ਮਿਨਿਸਟਰ ਨੂੰ ਜਿਹਨੇ ਫੈਸਲਾ ਕੀਤਾ ਦਸਤਖਤ ਹੈ ਸਸਪੈਂਡ ਕਰੋ ਮੁੱਖ ਮੰਤਰੀ ਨੂੰ ਜਿਹਦੇ ਅਪਰੂਵਲ ਤੇ ਆ ਫੈਸਲਾ ਫਾਈਲ ਤੁਹਾਡੇ ਕੋਲ ਸਾਰਾ ਦੇਖ ਲਈ ਮੁੱਖ ਮੰਤਰੀ ਨੇ ਆਪ ਮਨਜ਼ੂਰੀ ਦਿੱਤੀ ਹੈ ਤੁਸੀਂ ਅਫਸਰਾਂ ਤੇ ਜਾਣ ਕੇ ਲੋਕਾਂ ਨੂੰ ਨਿਗਾਹ ਭੁਗਤਾਉਣ ਵਾਸਤੇ ਭੜਕਾਉਣ ਵਾਸਤੇ ਤੁਸੀਂ ਕਰ ਰਹੇ ਹੋ ਅਸਲੀ ਦੋਸ਼ੀ ਤਾਂ ਮੁੱਖ ਮੰਤਰੀ ਤੇ ਉਹਨਾਂ ਦਾ ਜਿਹੜਾ ਮੰਤਰੀ ਹੈ